ਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਕਿੱਦਾਂ ਜੀ, ਕਿਵੋ ਚੜ੍ਹਦੀ ਕਲਾ ਚੋ ਮਹਾਰਾਜ ਖੁਸ਼ੀਆਂ ਕਿਹੜੇ ਬਖਸ਼ਣ ਜੀ। ਤੇ ਬਾਈ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਅੱਜ ਹੈਗਾ ਜੀ ਸੈਟਰਡੇ ਨਾਈਟ। ਤੇ ਸੈਟਰਡੇ ਨਾਈਟ ਤੁਹਾਨੂੰ ਸਭ ਨੂੰ ਪਤਾ ਆਪਾਂ ਕਿੱਥੇ ਜਾਣਾ ਹੁੰਦਾ, ਗੁਰਦੁਆਰਾ ਸੀਸਗੰਜ ਸਾਹਿਬ। ਮਹਾਰਾਜ ਦੀ ਕਿਰਪਾ ਸਦਕਾ ਕਾਫੀ ਸਮੇਂ ਤੋਂ ਜਿਹੜੀ ਰੂਟੀਨ ਬਣੀ ਹੋਈ ਹੈ, ਸੈਟਰਡੇ ਨਾਈਟ ਜਿਹੜੀ ਆ ਆਪਾਂ ਗੁਰਦੁਆਰਾ ਸੀਸਗੰਜ ਸਾਹਿਬ ਦਰਸ਼ਨ ਮੇਲਿਆਂ ਨੂੰ ਜਾਂਦੇ ਹਾਂ ਤੇ ਨਾਲ ਤੁਹਾਨੂੰ ਉਸ ਸਥਾਨ ਦੇ ਦਰਸ਼ਨ ਕਰਾਉਂਦੇ ਹਾਂ। ਤੇ ਮਹਾਰਾਜ ਦੀ ਕਿਰਪਾ ਹੀ ਬਣੀ ਹੋਈ ਹੈ ਇੱਕ, ਹੈ ਨਾ, ਕਿ ਤੁਹਾਡੇ ਭਰੋਸੇ ਆਪਾਂ ਦਰਸ਼ਨ ਕਰ ਲੈਂਦੇ ਹਾਂ, ਸਾਡੇ ਭਰੋਸੇ ਤੁਸੀਂ ਦਰਸ਼ਨ ਕਰ ਲੈਂਦੇ ਹੋ। ਤੇ ਬਾਕੀ ਅੱਜ ਮੇਰੇ ਨਾਲ ਤਰਨਜੀਤ ਸਿੰਘ ਵੀਰ ਜੀ ਜਾਣਗੇ, ਹੈ ਨਾ। ਤੇ ਚੱਲਦੇ ਹਾਂ, 11:15 ਹੋ ਗਏ ਆ ਤੇ ਉਹਨਾਂ ਨੇ ਇਹੀ ਟਾਈਮ ਦਿੱਤਾ ਸੀਗਾ। ਮੈਂ ਕਿਹਾ ਚਲੋ ਤਿਆਰੀਆਂ ਆਪਾਂ ਖਿੱਚ ਲਈਆਂ ਸੀਗੀਆਂ, ਤਿਆਰ ਮੈਂ ਹੋ ਗਿਆ ਸੀਗਾ। ਮੈਂ ਕਿਹਾ ਚਲੋ ਫਿਰ ਤੁਹਾਨੂੰ ਆਪਾਂ ਗੱਲਬਾਤ ਕਰੀਏ ਤੇ ਅੱਜ ਦਾ ਵਲੌਗ ਸ਼ੁਰੂ ਕਰੀਏ। ਚੱਲਦੇ ਹਾਂ, ਫਿਰ ਮਿਲਦੇ ਹਾਂ ਤੁਹਾਨੂੰ ਆਪਾਂ ਬਾਹਰ ਤਰਨਵੀਰ ਜੀ ਦੇ ਕੋਲ ਪਹੁੰਚ ਕੇ, ਫਿਰ ਚੱਲਾਂਗੇ ਗੁਰਦੁਆਰਾ ਸਾਹਿਬ ਦਰਸ਼ਨ ਮੇਲੇ ਕਰਾਉਂਦੇ ਹਾਂ। ਆ ਜਾਓ। ਮੈਂ ਉਹਨਾਂ ਨੂੰ ਫੋਨ ਲਾਤਾ, ਮੈਂ ਕਿਹਾ ਚਲੀਏ, ਚਾਬੀ ਤਾਂ ਨਹੀਂ ਭੁੱਲ ਗਿਆ ਮੈਂ ਬਾਈਕ ਦੀ, ਚਾਬੀ ਤਾਂ ਨਹੀਂ ਭੁੱਲ ਗਿਆ ਮੈਂ ਬਾਈਕ ਦੀ, ਆ ਹੈਗੀ ਹੈਗੀ ਹੈਗੀ। ਚਲੋ ਆ ਜਾਓ। ਲਾਡੋ ਰਾਣੀ ਅੱਜ ਆਪਣੀ ਬਾਹਰ ਹੀ ਹੈ ਅਤੇ ਮੈਂ ਅੰਦਰ ਕੀਤੀ ਨਹੀਂ ਸੀਗੀ, ਉਹ ਬਾਹਰ ਹੀ ਖੜੀ ਹੈ, ਬਾਹਰੋਂ ਬਾਹਰੋਂ ਹੀ ਚੱਲਾਂਗੇ ਆਪਾਂ ਹੱਲੇ ਨਾਲ ਜੀ। ਤਰਨਜੀਤ ਸਿੰਘ ਜੀ ਅਕਾਲੀ, ਆਹ ਤੇ ਬੜੇ ਫਿੱਟ ਲੱਗ ਰਹੇ ਹੋ, ਤਿਆਰ ਸ਼ਿਆਰ ਹੋ ਗਏ, ਕਿਆ ਬਾਤ ਹੈ, ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ। ਹੋਰ ਚਲੀਏ, ਦੇਖੋ ਜੀ ਅੱਜ ਲਾਡੋ ਰਾਣੀ ਆਪਣੇ ਭਰਾ ਦੇ ਨਾਲ ਖੜ ਗਈ ਹੈ, ਜੱਸਾ ਬਾਈ ਆ ਚੁੱਕਿਆ ਤੇ ਆਹ ਖੜੀ ਜੱਸੇ ਬਾਈ ਦੀ ਬਾਈਕ ਤੇ ਆਹ ਆਪਣੀ ਲਾਡੋ ਰਾਣੀ। ਕਰਨ ਬਾਈ ਤਾਂ ਨਿਕਲ ਗਿਆ ਬਾਹਰ ਨੂੰ ਪਹਿਲੇ ਹੀ, ਕਿਉਂਕਿ ਜੱਸਾ ਬਾਈ ਦੇਖਿਆ ਉਹਨੂੰ ਤੇ ਉਹ ਦੋਨਾਂ ਦੀ ਜੋੜੀ ਆਹ ਇੱਕ ਨੰਬਰ ਦੀ ਆ ਅਤੇ ਉਹ ਫਟਾਫਟ ਉੱਤਰ ਗਏ। ਮੈਂ ਕਿਹਾ ਚੱਲ ਮੈਂ ਬਾਈਕ ਖੜੀ ਕਰਕੇ ਆਉਂਦੇ ਹਾਂ ਆਪਾਂ, ਹੋਰ ਕੀ ਕਰੀਏ ਹੁਣ, ਚਲੀਏ ਦਰਸ਼ਨ ਮੇਲੇ ਕਰਦੇ ਹਾਂ ਫਟਾਫਟ ਹੱਲੇ ਨਾਲ ਹੀ। ਠੀਕ ਹੈ, ਘਰ ਜਾ ਰਹੇ ਹੋ? ਘਰ ਬੜੀ ਜਲਦੀ ਜਾ ਰਹੇ ਹੋ ਅੱਜ? ਚੱਲ ਬਾਏ।
ਬਾਏ। ਠੀਕ ਹੈ, ਅਗਲੇ ਸ਼ਨੀਵਾਰ ਡਨ। ਓਕੇ ਬਾਏ ਬਾਏ। ਆ ਜਾ ਆ ਜਾ ਮੇਰੇ ਘਰ ਆ ਜਾ। ਹੈਗੀ ਹੈ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ। ਕੀ ਹੈ, ਮੈਂ ਕੀ ਕਰਾਂਗਾ, ਅੱਜ ਖਤਮ ਤੇ ਹੋ ਗਿਆ। ਸ਼ਹੀਦੀ ਸਥਾਨ ਧੰਨ ਭਾਈ ਮਤੀਦਾਸ ਜੀ, ਧੰਨ ਭਾਈ ਸਤੀਦਾਸ ਜੀ, ਧੰਨ ਧੰਨ ਭਾਈ ਜੈਲਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫੌਜਾਂ ਚੋਹਰ ਸਾਹਿਬ ਦੀਆਂ ਸੇਵਾਵਾਂ ਕਰ ਰਹੀਆਂ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭਨਾ ਜੀ ਆ ਕਾਇਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਚੰਗਾ ਨਾਉ ਰਖਾਇ ਕੈ ਜਸ ਕੀਰਤ ਜਗਲੇ, ਬੀਟਾ ਅੰਦਰ ਗੀਤ ਕਰ ਦੋਸੀ ਦੋਸਤ ਰੇ, ਦੇਹਾ ਕੋਈ ਨਾ ਸੂਝੈ ਜੇ ਤਿਸ ਗੁਣ ਕੋਈ ਕਰੇ, ਦੀਪ ਲੋ ਪਾਤਾਲ ਸੁਣੈ ਭੋਇ ਨਾ ਸਕੈ ਕਾਲ, ਸੁਣੈ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਲਾਹ ਹਨੁਮੰਦ, ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਰ ਪਾਪ ਕਾ ਨਾਸ, ਸੁਣਿਆ ਬੜ ਬੜ ਪਾਪ ਹੈ ਮਾਨ, ਸੁਣਿਆ ਲਾਗਿਆ ਸਹਿਸ ਧਿਆਨ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ। ਲੋ ਜੀ, ਆਪਾਂ ਹੁਣ ਆ ਗਏ ਹਾਂ ਜੀ ਸਾਹਿਬ ਸਿੰਘ ਜੀ ਕੋਲ, ਅਤੇ ਇੱਥੇ ਤੁਹਾਨੂੰ ਸਾਰਾ ਕੁਛ ਜਿਹੜਾ ਸਿੱਖੀ ਰਿਲੇਟਿਡ ਸਮਾਨ ਤੁਹਾਨੂੰ ਮਿਲ ਸਕਦਾ ਜੀ, ਕੜੇ ਵਗੈਰਾ, ਸਿਮਰ ਨੇ ਹੈ ਨਾ, ਦੁਮਾਲੇ ਦੇ ਕੱਪੜੇ, ਹੋਰ ਹਜੂਰੀਏ ਵਗੈਰਾ। ਵਾਹਵਾ, ਹੋਰ ਬਾਬਾ ਜੀ ਕੀ ਹਾਲ ਚਾਲ, ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ ਜੀ। ਆਹੋ ਆਹੋ, ਮੀਂਹ ਆ ਗਿਆ ਬਾਈ, ਮੀਂਹ ਆ ਗਿਆ। ਉਹ ਬਾਈ ਪਾਓ ਤਰਪਾਲ ਹੱਲੇ ਨਾਲ। ਅੱਜ ਬਾਈ ਇੰਦਰ ਦੇਵਤਾ ਜੀ ਬਰਸ ਗਏ ਨੇ, ਅਤੇ ਫੌਜਾਂ ਨੂੰ ਹੋ ਗਈ ਹੈ ਥੋੜ੍ਹੀ ਦਿੱਕਤ, ਪਰ ਫੌਜ ਟਲਦੀ ਨਹੀਂ, ਫੌਜਾਂ ਨੇ ਹੱਲੇ ਨਾਲ ਹੀ ਨਾ ਸਾਰਾ ਕੰਮ ਕਰ ਲਿਆ, ਅਤੇ ਮਹਾਰਾਜ ਦੀ ਕਿਰਪਾ ਸਦਕਾ ਛਤਰ ਵੀ ਆ ਗਿਆ ਵੱਡਾ ਜਿਹਾ, ਅਤੇ ਆ ਫੌਜਾਂ ਇੱਥੇ ਰਗੜੇ ਪੈ ਰਹੇ ਨੇ, ਨਿਤਨੇਮ ਦੇ ਜਿਹੜੇ ਡੇਲੀ ਰਗੜੇ ਆ ਉਹ ਪੈਣੇ ਹੀ ਪੈਣੇ ਆ, ਚਾਹੇ ਇੰਦਰ ਆ ਜਾਏ ਚਾਹੇ ਸੂਰਜ ਆ ਜਾਏ, ਜੋ ਮਰਜ਼ੀ ਆ ਜਾਏ, ਫੌਜਾਂ ਤਿਆਰ ਵੱਲ ਤਿਆਰ ਆ ਸਾਰੀਆਂ, ਅਤੇ ਇੱਥੇ ਬਾਣੀ ਬੜੀ ਆ ਰਹੀ ਹੈ ਫੌਜਾਂ ਵੱਲੋਂ ਨਿਤਨੇਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਚੰਡੀ ਚਰਿਤ੍ਰ ਉਸਤਤ ਵਰਣੰ ਭੁਜੰਗ ਪ੍ਰਿਆਤ ਛੰਦ ਭਾਈ ਜੋਗਨੀ ਪਤ੍ਰ ਚੌਸਠ ਚਾਰੰ ਚਲੀ ਠਾਮ ਠਾਮ ਅੰਧਕਾਰੰ ਅੰਧਕਾਰੰ ਭਾਰੇ ਨੇ ਹਗੇ ਹੰਗ ਏਕੰਕ ਬੰਕੰ ਲੈ ਸੂਰ ਬੀਰੰਗ ਹਾੜੰ ਨਿਸੰਗੰ ਚਾਲੇ ਨਾਰ ਦੋਹਾਕ ਬਿਨਾ ਸੁਹਾਏ ਮਾਨੇ ਬਾਰ ਦੀ ਡੰਕ ਡੋਰੂ ਬਜਾਏ ਹੀਰੇ ਬਾਜ ਗਾਜੀ ਗਜੀ ਵੀਰ ਕੇ ਤੰਗ ਲੈ ਤਛ ਮੁਛੰ ਨਚੇ ਵੀਰ ਬੇਤੰਗ ਨਚੇ ਵੀਰ ਬੈਤਾਲ ਅਦੰਕ ਮਦੰ ਬਦੇ ਬਦ ਗੋਪਾਲ ਤ੍ਰਾਣ ਬੰਧ ਬਾਏ ਸਾਧ ਸੰਭੂ ਪੀਤੰਗ ਪੀਤੇ ਨਮੋ ਲੋਕ ਮਾਤਾ ਪਲ ਸਤਰ ਜੀ ਪਾੜੇ ਮੁੜਿਆ ਗੋ ਤਨੰਗ ਤਾਮ ਪਾੜੇ ਸੋਨੈ ਸੋਮ ਸੋ ਵੀਰ ਹੈ ਜੁਤ ਗਾਟੇ ਰਗੈ ਰੈਣ ਜੋਗੀ ਜਪੈ ਜਾਪ ਆਗੋ ਪਰਮ ਜੋਗੰ ਲਹਿ ਸਿੱਧ ਤਾਕੋ ਪਾੜੇ ਆਹੇ ਵਿਦਿਆਰਥੀ ਵਿਦਿਆਲੇ ਤੰਗ ਲੈ ਸਰਬ ਸਾਧਾਰਣ ਕੋ ਮਤ ਚੇਤਨ ਜਪੈ ਜੋਗ ਸੰਨਿਆਸ ਕੈ ਰਾਗ ਕੋਈ ਸੈ ਸਰਬ ਪੁੰਨਿਆਨ ਕੋ ਪੁੰਨ ਹੋ ਜਪੈ ਜੋਗ ਸੰਨਿਆਸ ਬੈ ਰਾਗ ਕੋਈ ਸੈ ਸਰਬ ਪੁੰਨਿਆਨ ਕੋ ਪੁੰਨ ਹੋ ਅਕਾਲ ਪੁਰਖ ਕੀ ਰੱਛਾ ਹਮਨੈ ਅਕਾਲ ਜੀ ਦੀ ਰੱਛਾ ਹਮਨੈ ਨਾਨਕ ਲਿਖਾਰੀ ਕੇ ਦਸਖਤ ਤੁਹੈ ਪ੍ਰਸਾਦ ਚੌਪਈ ਪ੍ਰਣਵ ਆਦਿ ਕੰਕਾਰਾ ਪ੍ਰਗ ਭਗਤ ਅਵਿਨਾਸੀ ਸੱਤ ਕੀਟ ਕੇ ਵਿੱਚ ਸਮਾਨਾ ਲੱਖ ਪੁਰਖ ਬਗਾਮੀ ਅਲੱਗ ਰੂਪ ਚੈਨ ਭੇਖਾ ਚਿੰਨ ਸਭ ਹੋ ਤੇ ਨਿਆਰਾ ਵਰਨ ਚਿੰਨ ਜੇ ਜਾਤ ਨਾ ਪਾਤਾ ਸਭ ਤੇ ਦੂਰ ਸਭਨ ਤੇ ਨੇਰਾ ਅਨੰਦ ਰੂਪ ਅਨਾਦ ਬਾਨੀ ਬ੍ਰਹਮਾ ਵਿਸ਼ਨੂੰ ਅੰਤ ਨਹੀਂ ਪਾਇਓ ਟਿੰਦਰ ਪਿੰਦਰ ਬਣਾਏ ਲੋਕ ਚਤੁਰਦਸ ਖੇਲ ਰਚਾਇਓ ਦਾਨਵ ਦੇਵ ਫਨੰਦ ਅਪਾਰਾ ਉਤ ਭਵਿਖ ਭਵਾਨ ਕਹਾਨੀ ਤਤ ਮਤ ਜਿਹ ਜਾਤ ਨ ਪਾਤਾ ਜੋਤ ਕੇ ਬੀਜ ਸਮਾਨਾ ਕਾਲ ਰਹਿਤ ਨ ਕਾਲ ਸਰੂਪਾ ਜਾਤ ਪਾਤ ਜਿਹ ਚਹਿਨ ਵਰਨਾ ਸਭ ਕੋ ਕਾਲ ਸਭਨ ਕੋ ਕਰਤਾ ਏਕ ਚਿਤ ਜੇਕ ਜਿਨ ਧਿਆਇਓ ਸਭ ਕੋ ਕਾਲ ਸਭਨ ਕੋ ਕਰਤਾ ਏਕ ਚਿਤ ਜੇਕ ਜਿਨ ਧਿਆਇਓ ਸਰਬ ਰੂਪ ਸਪੂਰਣ
ਕੀਨੇ ਸੰਤਨ ਗਾਲ ਸਵਈਆ ਰਾਤੇ ਪ੍ਰਸੰਨ ਪਾਏ ਹੈ ਮਹਾ ਮਨ ਦੇਵਨ ਕੇ ਤਪ ਮੈਂ ਸੁਖ ਪਾਵੈ ਜਗ ਕਰੈ ਇੱਕ ਵੇਦ ਰਹਿ ਪਾਵ ਤਪ ਹਰੈ ਮਿਲ ਧਨ ਲਾਵੈ ਤਾਲ ਰੇ ਤਾਲ ਮੈਂ ਦੰਗ ਓ ਭੰਗ ਰਹਿ ਬਾਬ ਲੀਏ ਸੁਰ ਸਾਜ ਮਿਲਾਵੈ ਕਿੰਨਰ ਗੰਧਵ ਦਾਨ ਕਰੇ ਦਾਨ ਜਾਚੇ ਅਪਛਰ ਨਿਤ ਦਿਖਾਵੈ ਸੰਤਨ ਕੀ ਗੁਣ ਕੰਡਨ ਕੀ ਕਰ ਪੁਰਨ ਕੀ ਵਰ ਜਗਰ ਭੁਗਤੇ
करी किसी के महोताज महोताज करी जिसके नेत्रों में होलाज चढ़ने को घोड़ा उड़ाने को बाज बैठने को तख्त सजाने को ताज कहां कौंटों में चक्रवर्ती सम्राट श्री गुरु नानक गुरु गोबिंद सिंह साहिब जी महाराज आप जी के साजे निवाजे खालसे पंथ का राज अरदास एक ओंकार श्री वाहिगुरु की फतेह श्री भगवती जी सहाय वाह श्री भगवती जी की पातशाही दसवीं ਪ੍ਰਥਮ ਭਗਵਤੀ ਸਿਮਰ ਕਿਆ ਗੁਰੂ ਨਾਨਕ ਲੈਂਦੇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਕਰਿ ਨਾਉ ਨਿੰਦਿਆਵੈ ਧਾਇ ਸਭ ਥਾਈ ਹੋਏ ਸਹਾਏ ਦਸਮ ਦਸਵੇਂ ਪਾਤਸ਼ਾਹ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਧਰ ਪਿਤਾ ਅੰਮ੍ਰਿਤ ਕੇ ਦਾਤੇ ਸ਼ਮਸ਼ੇਰੇ ਬਹਾਦਰ ਜੀਓ ਸਭ ਥਾਈ ਹੋਏ ਸਹਾਏ ਦਸਾ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਸ਼੍ਰੀ ਸਰਵਲੋਕ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਦੀ ਜੋਤ ਜਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਏ ਚਾਰ ਸਾਹਿਬ ਜਾਦੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਜੁਝਾਰ ਸਿੰਘ ਜੀ ਸਾਹਿਬ ਜੋਰਾਵਰ ਸਿੰਘ ਜੀ ਸਾਹਿਬ ਜਾਦੇ ਅਕਾਲੀ ਬਾਬਾ ਸ਼ਹੀਦੀਆ ਸਥਾਨ ਵਿਖੇ ਮਹਾਰਾਜ ਸ਼ਹੀਦੀ ਰਗੜੀ ਦੀ ਸੇਵਾ ਮਹਾਰਾਜ ਰਗੜੇ ਲੱਗਦਿਆਂ ਏਕ ਨੇ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਲੰਗੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਓ ਅਗਾਹ ਤੋਂ ਮਹਾਰਾਜ ਸੁਚਨਤਾ ਬਖਸ਼ੀ ਸੋਧ ਦੇ ਪਹਿਰੇ ਬਖਸ਼ੇ ਸੱਚੇ ਪਾਤਸ਼ਾਹ ਕਿਰਪਾ ਕਰਿਓ ਸਦਾ ਅੰਗ ਸੰਗ ਅੰਗ ਸਦਾ ਅੰਗ ਸੰਗ ਸਾਹੀ ਰਹਿਣਾ ਸੱਚੇ ਪਾਤਸ਼ਾਹ ਰਗੜੇ ਲਾਉਂਦੇ ਮਹਾਰਾਜ ਬਲ ਬਖਸ਼ਣੇ ਸੱਚੇ ਪਾਤਸ਼ਾਹ ਜੀ ਓ ਕਿਰਪਾ ਕਰਨੀ ਮਹਾਰਾਜ ਤਿਆਰ ਬਰ ਤਿਆਰ ਪੈਰੇ ਹੋ ਕੇ ਸੱਚੇ ਪਾਤਸ਼ਾਹ ਜੀ ਉਹ ਪੈਰੇ ਕਰਾਉਂਦੇ ਸੱਚੇ ਪਾਤਸ਼ਾਹ ਬਲ ਬੁੱਧੀ ਬਖੀ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਸੱਚੇ ਪਾਤਸ਼ਾਹ ਸ਼ਹੀਦੋ ਸਿੰਘੋ ਸੱਚੇ ਪਾਤਸ਼ਾਹ ਜੀ ਖਾਲਸੇ ਪੰਥ ਦੀ ਚੜ੍ਹਦੇ ਕਲਾਂ ਬਖਸ਼ਣੀਆਂ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਆਪਣੇ ਖਾਲਸਾ ਜੀ ਕੋ ਮਹਾਰਾਜ ਤਿਆਰ ਬਰ ਤਿਆਰ ਪੈਰੇ ਬਖਸ਼ਣ ਸੱਚੇ ਪਾਤਸ਼ਾਹ ਜੀ ਓ ਸ਼ਸਤਰਧਾਰੀ ਬਣਾ ਕੇ ਰੱਖਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਓ ਬਾਣੀ ਬੇਅੰਤ ਤੋਂ ਬੇਅੰਤ ਕੱਟ ਕਰਾਉਂਦੀ ਸੱਚੇ ਕੰਠ ਕਰਾਉਂਦੀ ਸੱਚੇ ਪਾਤਸ਼ਾਹ ਬਲ ਬਖਸ਼ਣ ਸੱਚੇ ਪਾਤਸ਼ਾਹ ਸਦਾ ਸਹਿਗਣਾ ਸੱਚੇ ਪਾਤਸ਼ਾਹ ਜੀ ਓ ਦਲਾ ਪੰਥਾਂ ਦੀਆਂ ਮਹਾਰਾਜ ਸੰਪਰਦਾਵਾਂ ਦੀਆਂ ਸੰਤਾਂ ਮਹਾਂਪੁਰਸ਼ਾਂ ਦੀਆਂ ਮਹਾਰਾਜ ਚੜ੍ਹਦੀ ਕਲਾ ਬਖਸ਼ਣੇ ਸੱਚੇ ਪਾਤਸ਼ਾਹ ਨਾ ਗਾੜਿਆਂ ਅੰਨੇ ਸ਼ਾਨ ਸਾਹਿਬਾਂ ਬੋਲੀਆਂ ਜੀ ਦੇ ਤਖਦਾ ਜੀ ਨੇ ਮਹਾਰਾਜ ਲੋ ਲੰਗਰਾ ਜੀ ਸਰੋਵਰਾ ਜੀ ਨੇ ਮਹਾਰਾਜ ਚੜ੍ਹਦੀ ਕਲਾ ਬਖਸ਼ਣੀਆਂ ਸੱਚੇ ਪਾਤਸ਼ਾਹ
ਆਪਣੇ ਖਾਲਸਾ ਜੀ ਕੋ ਮਹਾਰਾਜ ਕਾਮ ਕਰੋ ਲੋ ਮਹੰਕਾ ਝੂਠਿਆਂ ਦੇ ਅੰਦਰ ਬਚਾ ਕੇ ਰੱਖਣਾ ਸੱਚੇ ਪਾਤਸ਼ਾਹ ਜੀ ਸੱਚੇ ਪਾਤਸ਼ਾਹ ਕਿਰਪਾ ਕਰਨੀ ਮਹਾਰਾਜ ਤਿਆਰ ਬਰ ਤਿਆਰ ਪਿਆਰੇ ਬਖਸ਼ਣ ਸੱਚੇ ਪਾਤਸ਼ਾਹ ਜੀ ਸ਼ਹੀਦੋ ਸਿੰਘੋ ਸੱਚੇ ਪਾਤਸ਼ਾਹ ਜੀ ਆਪ ਜੀ ਸ਼੍ਰੀ ਅਸਾਨਾ ਵਿਖੇ ਮਹਾਰਾਜ ਪਹਿਲੇ ਪੈਰ ਦੇ ਮਹਾਰਾਜ ਕੜਾ ਪ੍ਰਸ਼ਾਦ ਪੰਚਮ ਦੇਖਦੇ ਪਾਟੇ ਸਦ ਕਰਕੇ ਹਾਜ਼ਰ ਸੱਚੇ ਪਾਤਸ਼ਾਹ ਕਿਰਪਾ ਕਰਿਓ ਅਨੇਕ ਪ੍ਰਕਾਰ ਭੋਜਨ ਭਾਵ ਕੀ ਹੈ ਬਹੁ ਵਿਅੰਜਨ ਮਿਸ਼ਟਾਏ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ ਆਪ ਜੀ ਦੇ ਪਵਿੱਤਰ ਦੇਗਾਂ ਨੂੰ ਭੋਗ ਲੱਗੇ ਭਰਪੂਰ ਕਰ ਲੈਣੇ ਕਾਲ ਘਟਕ ਦੂਰ ਕਰ ਲੈਣੇ ਸੱਚੇ ਪਾਤਸ਼ਾਹ ਕਿਰਪਾ ਕਰਿਓ ਮਹਾਰਾਜ ਸੱਚੇ ਪਾਤਸ਼ਾਹ ਸਦਾ ਅੰਗ ਸੰਗ ਅੰਗ ਸਦਾ ਅੰਗ ਸੰਗ ਸਾਹੀ ਰਹਿਣਾ ਸੱਚੇ ਪਾਤਸ਼ਾਹ ਕਿਰਪਾ ਕਰਿਓ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਭੁੱਲਾਂ ਦੀ ਖਿਮਾ ਕਰਨੀ ਮਹਾਰਾਜ ਸੱਚੇ ਪਾਤਸ਼ਾਹ ਜੀ ਚਦਰ ਚਗਰ ਵਰਤੀ ਚਦਰ ਚਗਰ ਭੁਗਤੇ ਸੋਯੰ ਭਵ ਸੋਭੰ ਸਰਵਦਾ ਸਰਵ ਜੁਗਤੇ ਜੋ ਕਾਲੰ ਕਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਸੱਚੇ ਪਾਤਸ਼ਾਹ ਕਿਰਪਾ ਕਰਿਓ ਖਾਲਸਾ ਜੋ ਖਾਲਸਾ ਸੋ ਜੋ ਚੜੇ ਤੁਰੰਗ ਖਾਲਸਾ ਜੋ ਖਾਲਸਾ ਸੋ ਜੋ ਸ਼ਸਤਰ ਕੋ ਧਾਰੇ ਖਾਲਸਾ ਸੋ ਜੋ ਕੁਸ਼ਟ ਕੋ ਮਾਰੇ ਸੱਚੇ ਪਾਤਸ਼ਾਹ ਇਹੋ ਜਿਹਾ ਬਲ ਬਖਸ਼ੇ ਸੱਚੇ ਪਾਤਸ਼ਾਹ ਜੀ ਸੱਚੇ ਪਾਤਸ਼ਾਹ ਇਹੋ ਜਿਹਾ ਦਾਤਾ ਬਖਸ਼ੇ ਸੱਚੇ ਪਾਤਸ਼ਾਹ ਕਿਰਪਾ ਕਰਨੀ ਮੈਂ ਸੱਚੇ ਪਾਤਸ਼ਾਹ ਆਗਿਆ ਬਖਸ਼ ਲੈਣੀ ਸਹੀ ਪਿਆਰੇ ਮੇਲ ਜਨਾ ਮਿਲਿਆ ਤੇਰਾ ਨਾਮ ਚਿਤਿਆਵੇ ਗੁਰੂ ਨਾਨਕ ਆਪਾਂ ਚੱਲਦੇ ਹਾਂ ਲਾਡੋ ਰਾਣੀ ਲੈਣ ਆਪਣੀ 4 ਵੱਜ ਗਏ ਅੱਜ 4 ਵਜੇ ਪੂਰੀ ਸਮਾਪਤੀ ਹੋਈ ਆ ਅੱਜ ਵਾਹਵਾ ਟਾਈਮ ਹੋ ਗਿਆ ਅਤੇ ਅੱਜ ਨਾ ਉਹੀ ਤੁਹਾਨੂੰ ਪਤਾ ਹੀ ਹੈ ਇੰਦਰ ਦੇਵਤਾ ਜੀ ਨੇ ਥੋੜ੍ਹਾ ਜਿਹਾ ਪਰੇਸ਼ਾਨ ਕਰਤਾ ਸਾਨੂੰ ਔਰ ਮੈਂ ਵੀ ਗਿੱਲਾ ਹੋਇਆ ਪਿਆ ਮੇਰੇ ਮੋਢੇ ਤੁਹਾਡੇ ਸਾਰੇ ਗਿੱਲੇ ਹੋਏ ਪਏ ਆ ਅਤੇ ਤਰਪਾਲ ਵਗੈਰਾ ਆਪਾਂ ਲਾਈ ਫਟਾਫਟ ਹੱਲੇ ਨਾਲ ਹੀ ਕੰਮ ਸਰ ਜਾਂਦਾ ਕੋਈ ਨਾ ਫੌਜਾਂ ਦਾ ਹੋਰ ਟਲਦੀ ਨਹੀਂ ਹੈ ਨਾ ਹੋਰ ਟਲਣ ਵਾਲੀ ਗੱਲ ਹੈ ਹੀ ਨਹੀਂ ਹੈ
ਮੀਂਹ ਝੱਕੜ ਜਿੰਨੇ ਮਰਜ਼ੀ ਆ ਜਾਣ ਅਤੇ ਬਾਕੀ ਚੱਲਦੇ ਹਾਂ। ਤਰਨਜੀਤ ਜੀ ਜੋੜੇ ਪਾ ਰਹੇ ਨੇ ਅਤੇ ਨਿਕਲਦੇ ਹਾਂ, ਘਰ ਮਿਲਦੇ ਹਾਂ ਫਿਰ ਆਪਾਂ, ਹੈ ਨਾ, ਰਸਤੇ 'ਤੇ ਕੀ ਬਣਾਉਣੀ ਵੀਡੀਓ ਵਗੈਰਾ, ਘਰ ਪਹੁੰਚ ਕੇ ਗੱਲਬਾਤ ਕਰਾਂਗੇ। ਆ ਜਾਓ ਫਿਰ। ਓ ਵਾਹਿਗੁਰੂ ਜੀ, ਉਹ ਮੇਰੀਆਂ ਇਚਕੀਆਂ ਨਹੀਂ ਹਟ ਰਹੀਆਂ ਯਾਰ। ਅੱਗੇ ਆਪਾਂ ਤਰਨ ਭਾਅ ਜੀ ਨੂੰ ਛੱਡਤਾ, ਬਸ ਘਰ ਨੂੰ ਹੀ ਚੱਲੀਏ। ਹਾਂਜੀ, ਕਿੱਦਾਂ ਜੀ? ਯਾਰ ਇਚਕੀਆਂ ਨਹੀਂ ਹਟ ਰਹੀਆਂ ਬਾਈ, ਅੱਜ ਸ਼ਾਮ ਤੋਂ ਇਚਕੀਆਂ ਲੱਗੀਆਂ ਹੋਈਆਂ, ਮੈਨੂੰ ਪਰੇਸ਼ਾਨ ਕਰੀ ਜਾ ਰਹੀਆਂ ਬਹੁਤ ਜ਼ਿਆਦਾ। ਅਤੇ ਮੈਂ ਉੱਥੇ ਵੀਡੀਓ ਵੀ ਬਣਾ ਰਿਹਾ ਸੀ ਨਾ, ਅਤੇ ਵੀਡੀਓ ਬਣਾਉਂਦੇ ਇਚਕੀ ਆਉਂਦੀ ਹੈ ਅਤੇ ਹੱਥ ਹਿੱਲਦਾ ਸੀਗਾ, ਹੱਥ ਹਿੱਲੇਗਾ ਨਾ ਹੁਣ, ਤੁਸੀਂ ਜਿਹੜੀ ਵੀਡੀਓਜ਼ ਦੇਖੀ ਹੋਣੀਆਂ ਮੇਰੀਆਂ, ਅਤੇ ਉਹ 'ਚ ਤੁਹਾਨੂੰ ਹਲਕਾ ਜਿਹਾ ਵਾਈਬ੍ਰੇਸ਼ਨ ਆ ਰਹੀ ਹੋਏਗੀ ਅਤੇ ਸਮਝ ਜਾਣਾ ਉੱਥੇ ਮੈਨੂੰ ਇਚਕੀ ਆਈ ਹੈ, ਤਾਂ ਕਰਕੇ ਥੋੜ੍ਹਾ ਫੋਨ ਹੀ ਲਿਆ। ਅਤੇ ਬਾਕੀ ਹੁਣ ਤੁਹਾਨੂੰ ਮਿਲਾਂਗੇ ਆਪਾਂ ਨੈਕਸਟ ਵੀਡੀਓ ਵਿੱਚ, 5 ਵੱਜ ਚੁੱਕੇ ਆ ਅਤੇ ਮੈਂ ਹੁਣ ਲਵਾਂਗਾ ਥੋੜ੍ਹਾ ਜਿਹਾ ਸੁੱਖ, ਅਤੇ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਜਲਦੀ, ਵਧੀਆ ਜੀ ਵੀਡੀਓ ਲੈ ਕੇ ਆਉਣ ਵਾਲੇ ਆ ਤੁਹਾਡੇ ਸਾਹਮਣੇ ਆ ਯਾਰ। ਠੀਕ ਹੈ ਜੀ, ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਵਿੱਚ। ਇਜਾਜ਼ਤ ਦਿਓ ਸਾਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।